ਕਾਲ ਬਾਈ ਜੀ ਸ਼ੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਤੁਹਾਨੂੰ ਦਿਖਾਉਣੇ ਆ HMT 44 ਬਾਈ। ਠੀਕ ਹੈ ਜੀ, ਆਪਣੀ ਸ਼ੌਪ ਤੇ ਆਇਆ ਸੀ ਇਹ ਤੇ ਆਪਾਂ ਇਹਦੇ ਐਕਸ ਵਾਲੀ ਸੀਲ ਪਾਉਣੀ ਹੈ ਤੇ ਇਹਨੂੰ ਖੋਲ ਰੱਖਿਆ ਸਰ ਆਪਾਂ। ਆ ਦੇਖੋ ਮੇਰੀ ਗੱਲ ਤਾਂ ਸੁਣ, ਆ ਦੇਖੋ ਐਕਸਲ, ਇੱਥੇ ਇਹਦੇ ਡਬਲ ਸੀਲ ਪੈਂਦੀ ਹੈ, ਟੇਪਰ ਵਾਇਰਿੰਗ ਆਉਂਦੇ ਇਹਦੇ, ਬਹੁਤ ਤਗੜੀ ਤਕਨੀਕ ਦਿੱਤੀ ਹੋਈ ਹੈ ਟਰੈਕਟਰ ਦੇ ਵਿੱਚ। ਆਹ ਦੇਖੋ ਆਹ ਸਾਈਕਰੋਮੈਕਸ ਗਰਾਰੇ ਵਾਲਾ ਗੁੱਲਾ, ਆਹ ਅੰਦਰ ਅੱਡ ਗਰਾਰਾ ਤੇ ਕਿਸੇ ਵੀ ਭਰਾ ਨੇ ਇਹਦੀ ਸੀਲ ਪਾਉਣੀ ਹੋਵੇ ਕਦੇ ਵੀ ਤੇ ਇਹਦੇ ਇੱਥੇ ਇੱਕ ਨਟ ਹੁੰਦਾ। ਦਿਖਾਉਣਾ ਚਾਹੁੰਦਾ, ਪਲਟ ਮਰਾ ਹੀ ਮਾੜਾ, ਪਲਟ ਮਰਾ ਦੇ ਮਾੜੀ ਬਣਾ। ਆਹ ਦੇਖੋ ਜੀ, ਆਹ ਨਟ ਹੁੰਦਾ ਇਹਦੇ, ਇੱਥੋਂ ਦੀ ਚਿਕ ਨਟ ਖੁੱਲਦਾ, ਆਹ ਨਟ ਖੁੱਲ੍ਹ ਕੇ ਦਾ ਫਿਰ ਇਹਦਾ ਐਕਸਲ ਬਾਹਰ ਆਉਂਦਾ। ਠੀਕ ਹੈ ਜੀ, ਜਾਂ ਇਹਦਾ ਜੇ ਟੂਬ ਲਾਈ ਹੋਵੇ ਤਾਂ ਅੱਗੇ ਲੋਕ ਤਾਂ ਹੁੰਦਾ ਹੀ ਇਹਦੇ, ਆਹ ਕੜਾ ਬਾਹਰ ਕੱਢ ਲਏ। ਠੀਕ ਹੈ ਜੀ, ਅਤੇ ਇਸ ਤਰੀਕੇ ਨਾਲ ਇਹਦੇ ਸੀਲ ਪੈਂਦੀ ਹੈ, ਡਬਲ ਸੀਲ ਹੁੰਦੀ ਹੈ, ਇਹਦੀ ਸੀਲ ਦਾ ਨੰਬਰ ਹੁੰਦਾ ਜੀ ਆਪਣੇ 8013, ਇਹਦੇ ਵਾਇਰਿੰਗ ਦਾ ਨੰਬਰ ਹੈ ਜੀ 30214। ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ।